तारण गुरु नानक आया, कल तारण गुरु नानक आया, कल तारण गुरु नानक आया, कल तारण गुरु नानक आया। 550वां प्रकाश पुरब सुल्तानपुर लोधी श्री गुरु नानक देव जी की धरती जिथे बहुत ही उत्साह ते श्रद्धा नाल मनाया जा रहा। इत्थे रहन सहन दे बंदोबस्त भी बहुत ही सुचजे ढंग नाल कीते गए हैं। 3 टेंट सिटी इत्थे बनाई गई ने जिहदे विच अलग अलग तरह दी सहूलतां ने। ये तस्वीरां तुसीं देख सकते हो किस तरीके नाल इस टेंट सिटी नूं शिंगारिया गया। हालांकि मीह दे कारण बहुत चीज़ां खराब भी होईयां सी, पर उन्हां नूं दुरुस्त करन दी कोशिश लगातार जारी हैगी है। संगत दी आमद वधदी पई हैगी है। डोरमेटरी इत्थे वख वख तरह दी हैगियां, 2 बैडरूम भी है, 4 भी है, 15 भी है, ते 60 बैडरूम वाले हॉल भी है, जिते हर तरह की सहूलत जी घर मिलती हैगी सहूलत इतने मिलती हैगी है। जे थोड़े सर्दी का मौसम हैगा तो उत्थे गीजर भी लगा हुआ, बिजली पानी का हर तरह का बंदोबस्त है। तो इत्थे फ्री लिटरेचर भी वंडिया जा रहा है कि बाबा नानक दे फलसफे बारे संगत जान सके। तो ये जिहड़े रिक्शा दे विच मैं सवार हैगा, ये संगत नूं आउण जाण लैके आउण जाण वास्ते रखे गए है इत्थे। तो बहुत वड्डी पद्धर दी संगत दी आमद हो रही है। इस वक्त साढ़े नाल एक बजुर्ग भी मौजूद है जिहड़े इत्थे इसे ही टेंट सिटी दे विच रह रहे हैगे है। की नाम है बजुर्ग तुहाडा? बलकार सिंह। बलकार जी, किन्ने दिन हो गए तुहानूं इत्थे रहिंदे ते किस तरह दी सहूलत? चौथा दिन सानूं, असीं हरियाणा तों करनाल डिस्ट्रिक्ट तों आए हां। ਸਾਨੂੰ ਇੱਥੇ ਬਹੁਤ ਸਹੂਲਤ, ਜਿਵੇਂ ਘਰ ਨਾਲੋਂ ਵੀ ਜ਼ਿਆਦਾ ਹੈ। ਕੋਈ ਸੌਣ ਬਹਿਣ ਦਾ ਕੋਈ ਦਿੱਕਤ ਨਹੀਂ। ਆਹ ਥੋੜ੍ਹੀ ਜਿਹੀ ਬਰਸਾਤ ਨੇ ਕੀਤਾ ਹੈ, ਨਹੀਂ ਤਾਂ ਗਰਮ ਪਾਣੀ ਸਵੇਰੇ 4 ਵਜੇ ਨਹਾਓ, 2 ਵਜੇ ਨਹਾਓ, 3 ਵਜੇ ਨਹਾਓ। ਆਉਣ ਜਾਣ ਨੂੰ ਲੰਗਰ ਛਕਣ ਜਾਣਾ ਤਾਂ ਫ੍ਰੀ ਜਾਣਾ, ਆਉਣ ਜਾਣ ਨੂੰ ਕੋਈ ਪੈਸੇ ਦਾ ਇੱਥੇ ਖਰਚ ਨਹੀਂ। ਆਪਣੇ ਮਨੋਂ ਜੋ ਮਰਜ਼ੀ ਕਰੋ, ਕੋਈ ਪੈਸੇ ਦਾ ਲੰਗਰ ਜਾ ਕੇ ਵੇਖੋ, ਇੰਨਾ ਲੰਗਰ ਵਧੀਆ, ਕੋਈ ਹਿਸਾਬ ਹੀ ਨਹੀਂ। ਲੰਗਰ ਵੀ ਤੁਹਾਨੂੰ ਅੰਦਰ ਹੀ ਮਿਲ ਰਿਹਾ? ਲੰਗਰ ਵੀ ਉੱਥੇ ਜਾ ਗਿਆ ਖਾਣਾ, ਉੱਥੇ ਲੰਗਰ ਚਾਹ ਪਾਣੀ ਪੀਜ਼ਾ ਸਾਰਾ ਕੁਝ ਮਿਲਦਾ। ਹਜ਼ੂਰ ਸਾਹਿਬ ਵਾਲਿਆਂ ਨੇ ਪੀਜ਼ਾ ਲਾਇਆ, ਡਬਲ ਰੋਟੀ, ਹਰ ਜੋ ਚੀਜ਼ ਨਾ ਉਹਨਾਂ ਨੇ, ਫਰੂਟ ਉਹਨਾਂ ਨੇ ਲਾਇਆ ਹੈ, ਆਈਸਕ੍ਰੀਮ ਉਹਨਾਂ ਨੇ ਲਾਈ ਹੈ, ਜੋ ਟੋਟਲ ਅਸੀਂ ਉਹ ਜਾਂ ਘਰ ਵੀ ਨਹੀਂ ਖਾਣਾ ਖਾ ਸਕਦਾ ਜਿਹੜਾ ਇੱਥੇ ਖਾਂਦੇ ਨੇ। ਅਤੇ ਆਉਣ ਜਾਣ ਨੂੰ ਫ੍ਰੀ ਹੈ, ਇੱਕ ਜਿੱਥੋਂ ਦਾ ਨਾਂ ਲਓ ਉੱਥੇ ਰਿਕਸ਼ੇ ਵਾਲੇ ਫੜ ਲੈ ਜਾਂਦੇ ਨੇ। ਮੈਂ ਰਿਕਸ਼ੇ ਵਾਲਿਆਂ ਵੀ ਗੱਲ ਕਰ ਲਾਂ। ਵਿਕਰਮਜੀਤ, ਮੈਂ ਨਾਮ ਇਹਦਾ ਪਹਿਲਾਂ ਹੀ ਪੁੱਛ ਲਿਆ ਸੀਗਾ। ਵਿਕਰਮਜੀਤ, ਕਿਸ ਤਰ੍ਹਾਂ ਸੰਗਤ ਤੁਹਾਨੂੰ ਇੱਥੇ ਮਿਲਦੀ ਹੈ, ਕੋਈ ਸ਼ਿਕਾਇਤ ਵੀ ਕਰਦੀ ਹੈ? ਹਾਂਜੀ, ਨਾ ਮੇਨ ਗੇਟ ਤੋਂ ਮਿਲਦੀ ਜੀ, ਬਸ ਜਿੱਥੇ ਕਹਿੰਦੇ ਜੀ ਉੱਥੇ ਛੱਡ ਆਈਦਾ ਜੀ, ਜਿੱਥੇ ਕਹਿੰਦੇ ਜੀ ਉੱਥੇ ਛੱਡ ਕੇ ਆਈਦਾ ਜੀ। ਤੁਹਾਡੀ ਡਿਊਟੀ ਦਿਨ ਰਾਤ ਇੱਥੇ ਲੱਗੀ ਰਹਿੰਦੀ ਹੈ? ਹਾਂਜੀ ਭਾਈ, 24 ਘੰਟੇ ਜੀ, ਡੇ ਵੀ ਔਰ ਨਾਈਟ ਵੀ। ਵਿਕਰਮ ਜੀ ਨੇ ਦੱਸਿਆ ਹੈ ਕਿ ਡੇ ਨਾਈਟ ਡਿਊਟੀ ਹੈਗੀ ਆ, ਅਤੇ ਮੇਰੇ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਹੈਗੇ ਆ ਜਿਹੜੇ ਕਿ ਇਸ ਪੂਰੀ ਦੇਖ ਰੇਖ ਨੂੰ ਸੁਚੱਜੇ ਢੰਗ ਨਾਲ ਵਾਚਦੇ ਪਏ ਹੈਗੇ ਆ। ਹਰਿੰਦਰ, ਕਿਸ ਤਰ੍ਹਾਂ ਦੇ ਬੰਦੋਬਸਤ ਹੈ ਇੱਥੇ? ਇੱਥੇ ਪੂਰੇ ਫੁੱਲ ਪਰੂਫ ਬੰਦੋਬਸਤ ਕੀਤੇ ਗਏ ਨੇ, ਮੀਂਹ ਕਰਕੇ ਥੋੜ੍ਹਾ ਜਿਹਾ ਅਰੇਂਜਮੈਂਟਸ ਨੇ, ਜਿਹੜੇ ਆਉਣ ਜਾਣ ਦੇ ਵਿੱਚ ਹੀ ਦਿੱਕਤ ਹੋਈ ਸੀ, ਅੰਦਰ ਵਾਟਰ ਪਰੂਫ ਟੈਂਟ ਨੇ, ਉੱਥੇ ਕੋਈ ਦਿੱਕਤ ਨਹੀਂ ਹੋਈ ਸੰਗਤ ਨੂੰ ਰਹਿਣ ਦੇ ਲਈ, ਕੋਈ ਦਿੱਕਤ ਨਹੀਂ। ਅੰਦਰ ਬੈੱਡ ਸੀ ਜਿਹੜੇ ਉਹ ਬਿਲਕੁਲ ਸੁੱਕੇ ਸੀ, ਰਸਤੇ ਦੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ, ਉਹ 24 ਘੰਟਿਆਂ ਦੇ ਅੰਦਰ ਅੰਦਰ ਹੀ ਅਸੀਂ ਠੀਕ ਕਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਹੁਣ ਦੁਬਾਰਾ ਉਸੇ ਲੁੱਕ 'ਚ ਲੈ ਕੇ ਆਉਣ ਲਈ ਜੋ ਮੈਟਿੰਗ ਸੀ ਪਹਿਲਾਂ ਵਰਗੀ, ਉਹ ਹੁਣ ਦੁਬਾਰਾ ਅਸੀਂ ਕਰਵਾ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਫੁੱਲ ਪਰੂਫ ਅਰੇਂਜਮੈਂਟਸ ਇੱਥੇ ਕੀਤੇ ਗਏ ਨੇ। ਚਲੋ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮੈਂ ਹੁਣ ਇਸ ਰਿਕਸ਼ੇ 'ਚ ਉਤਰਨਾ, ਤੁਸੀਂ ਆਪਣੇ ਸਫ਼ਰ ਜਾਰੀ ਰੱਖ ਸਕਦੇ ਹੋ। ਇੱਥੇ ਤੁਸੀਂ ਟੈਂਟ ਸਿਟੀ 1 ਨੰਬਰ ਦੇ ਵਿੱਚ ਮੈਂ ਮੌਜੂਦ ਹੈਗਾ, ਅਤੇ ਜਿੱਥੇ ਤੁਸੀਂ ਬੰਦੋਬਸਤ ਮੈਂ ਤੁਹਾਨੂੰ ਸਾਰੇ ਦਿਖਾਏ ਹੈਗੇ ਆ, ਇਹੋ ਜਿਹੇ ਹਾਲਾਤ ਹੋ ਗਏ ਸੀਗੇ ਬਾਰਿਸ਼ ਤੋਂ ਬਾਅਦ, ਮੀਂਹ ਤੋਂ ਬਾਅਦ, ਜਿਨ੍ਹਾਂ ਨੂੰ ਮੁੜ ਤੋਂ ਸਵਾਰਿਆ ਜਾ ਰਿਹਾ ਹੈਗਾ। ਕੋਸ਼ਿਸ਼ਾਂ ਸਾਰੀ ਤਰ੍ਹਾਂ ਕੀਤੀਆਂ ਜਾ ਰਹੀਆਂ ਹੈਗੀਆਂ, ਪੀਣ ਦੇ ਪਾਣੀ ਦਾ ਬੰਦੋਬਸਤ ਹੈ, ਇੱਥੇ ਗੱਠੜੀ ਘਰ, ਇੱਥੇ ਕਲੋਕ ਰੂਮ ਬਣਾਇਆ ਗਿਆ ਹੈਗਾ, ਫੈਮਿਲੀ ਟੈਂਟ ਵੀ ਇੱਥੇ ਬਣਾਏ ਗਏ ਹੈਗੇ, ਜਿਹੜੇ ਫੈਮਿਲੀ ਪਰਿਵਾਰ ਇੱਥੇ ਆ ਕੇ ਰਹਿ ਰਹੇ ਹੈਗੇ ਉਹਨਾਂ ਲਈ ਵੱਖਰੀ ਤਰ੍ਹਾਂ ਸਹੂਲਤਾਂ ਹੈਗੀਆਂ। ਜਦੋਂ ਇਹ ਸਥਿਤੀ ਸਾਰੀ ਖਰਾਬ ਹੋਈ ਸੀ ਤਾਂ ਉਸ ਸਥਿਤੀ ਨੂੰ ਦਰੁਸਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਅੱਜ ਵੀ ਇੱਥੇ ਮੈਟਿੰਗ ਕੀਤੀ ਜਾ ਰਹੀ ਹੈਗੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਜਿਹੜਾ ਉਹ ਵਧੀਆ ਤਰੀਕੇ ਨਾਲ ਮਨਾਇਆ ਜਾਵੇ, ਰਲ ਮਿਲ ਕੇ ਮਨਾਇਆ ਜਾਵੇ, ਸਾਂਝੀਵਾਲਤਾ ਦਾ ਫਲਸਫਾ ਜਿਹੜਾ ਉਹ ਉਸ ਨੂੰ ਅੱਗੇ ਵਧਾਇਆ ਜਾਵੇ, ਇਹ ਸਾਰੀਆਂ ਕੋਸ਼ਿਸ਼ਾਂ ਇੱਥੇ ਕੀਤੀਆਂ ਜਾ ਰਹੀਆਂ ਹੈਗੀਆਂ। ਅਤੇ ਸੰਗਤ ਲਗਾਤਾਰ ਇੱਥੇ ਆ ਰਹੀ ਹੈ, ਸੰਗਤ ਲਗਾਤਾਰ ਜਾ ਵੀ ਰਹੀ ਹੈਗੀ ਹੈ ਆਪਦੇ ਜਿੱਥੇ ਜਿੱਥੇ ਉਹਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਨੇ ਹੈਗੇ ਆ। ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਇੱਥੇ ਸੁਲਤਾਨਪੁਰ ਲੋਧੀ ਧਰਤੀ 'ਤੇ
ਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪਣਾ ਸਮਾਨ ਲੈ ਕੇ ਸੰਗਤ ਇੱਥੇ ਪਹੁੰਚ ਰਹੀ ਹੈ। ਆਟੋਜ਼ ਹੈ, ਈ ਰਿਕਸ਼ਾ, ਹਰ ਤਰ੍ਹਾਂ ਦੀ ਸਹੂਲਤ ਇੱਥੇ ਮੌਜੂਦ ਹੈਗੀ ਹੈ। ਸਕਿਉਰਿਟੀ ਦੇ ਬੰਦੋਬਸਤ ਹੈਗੇ ਆ, ਕੰਟਰੋਲ ਰੂਮ ਇੱਥੇ ਸਥਾਪਿਤ ਕੀਤਾ ਗਿਆ ਹੈਗਾ। ਥੋੜ੍ਹਾ ਜਿਹਾ ਮੌਸਮ ਬਦਲ ਰਿਹਾ, ਇਹ ਪੰਜਾਬ ਦੀ ਜਵਾਨੀ ਇੱਥੇ ਖੜ੍ਹੀ ਹੈ ਜਿਹੜੀ ਇੱਥੇ ਮੱਥਾ ਟੇਕਣ ਆਈ ਆ, ਕਿਤੇ ਪੇਂਟ ਕਰਨ ਆਈ ਹੈ। ਕਿੱਥੋਂ ਆਏ ਹੋ ਤੁਸੀਂ? ਭਗਤਾ ਭਾਈ ਤੋਂ ਜੀ, ਬਠਿੰਡਾ ਡਿਸਟ੍ਰਿਕਟ। ਕੀ ਕਹਿਣਾ ਚਾਹੋਗੇ ਪ੍ਰਕਾਸ਼ਪੁਰ ਦੇ ਮੌਕੇ? ਪ੍ਰਕਾਸ਼ਪੁਰ ਦੇ ਮੌਕੇ ਵੀ ਬਹੁਤ ਵਧੀਆ, ਸਾਰਿਆਂ ਨੇ ਪ੍ਰਬੰਧ ਬਹੁਤ ਵਧੀਆ ਹੋਇਆ, ਜਿਵੇਂ ਕਿ ਆਹ ਕੈਂਟ ਦੇਖ ਰਹੇ ਹਾਂ, ਬਹੁਤ ਬਹੁਤ ਲੰਗਰ ਵੱਖ ਵੱਖ ਪ੍ਰਕਾਰ ਦੇ ਲੱਗੇ ਆ, ਅਸੀਂ ਵੀ ਦਿੱਲੀ ਨਾਲ ਲੰਗਰ ਲਾਇਆ। ਬਹੁਤ ਬਹੁਤ ਚੰਗੀ ਗੱਲ ਹੈ, ਤੁਸੀਂ ਵੀ ਲੰਗਰ ਲਾਇਆ ਹੋਇਆ। ਹੋਰ ਵੀ ਇੱਥੇ ਨੌਜਵਾਨ ਖੜ੍ਹੇ ਆ, ਤੁਸੀਂ ਕਿੱਥੋਂ ਆਏ ਹੋ? ਸੇਮ ਭਗਤਾ ਭਾਈ ਗਾ, ਬਠਿੰਡਾ ਡਿਸਟ੍ਰਿਕਟ ਦੀ। ਬਠਿੰਡਾ ਡਿਸਟ੍ਰਿਕਟ ਤੋਂ ਆਏ, ਕਿਸ ਤਰ੍ਹਾਂ ਦੇ ਬੰਦੋਬਸਤ ਲੱਗੇ ਤੁਹਾਨੂੰ ਸਰ? ਬੰਦੋਬਸਤ ਬਹੁਤ ਵਧੀਆ ਜੀ। ਪਹਿਲੀ ਗੱਲ ਤਾਂ ਪੰਜਾਬ ਪੁਲਿਸ ਬਹੁਤ ਵਧੀਆ ਕੋਆਪਰੇਟ ਕਰ ਰਹੀ ਆ, ਉਹਨਾਂ ਨਾਲ ਹੀ ਸਾਰਾ ਟ੍ਰੈਫਿਕ ਵਗੈਰਾ ਇੱਧਰ ਨਹੀਂ ਆਉਣ ਦਿੱਤਾ ਜਾ ਰਿਹਾ। ਉੱਧਰ ਬਾਜ਼ਾਰ 'ਚ ਵੀ ਬਹੁਤ ਵਧੀਆ ਸਾਰਾ ਬੰਦੋਬਸਤ ਹੈ ਜੀ, ਅਤੇ ਬਾਕੀ ਰਹਿਣ ਸਹਿਣ ਨੂੰ, ਸਾਰਾ ਲੰਗਰ ਪਾਣੀ ਨੂੰ ਬਹੁਤ ਬਹੁਤ ਵਧੀਆ ਪ੍ਰਬੰਧ ਹੈ ਜੀ ਸਾਰਾ ਇੱਥੇ। ਚਲੋ ਚੰਗੀ ਗੱਲ ਹੈ, ਬਹੁਤ ਵਧੀਆ ਬੰਦੋਬਸਤ ਕੀਤੇ ਗਏ ਆ, ਇਹ ਸਾਰੇ ਦੱਸ ਰਹੇ ਹੈਗੇ ਆ। ਹੋਰ ਵੀ ਸੰਗਤ ਮੇਰੇ ਨਾਲ ਇੱਥੇ ਮੌਜੂਦ ਹੈ, ਤੁਸੀਂ ਕਿੱਥੋਂ ਆਏ ਹੋ ਜੀ? ਕੀ ਨਾਮ ਤੁਹਾਡਾ? ਅਸੀਂ ਪਟਿਆਲਾ ਜ਼ਿਲ੍ਹੇ ਤੋਂ ਆਏ ਜੀ, ਮਨਜੀਤ ਸਿੰਘ ਨਾਮ ਹੈ ਜੀ। ਕਿਸ ਤਰ੍ਹਾਂ ਦੇ ਲੱਗੇ ਬੰਦੋਬਸਤ ਤੁਹਾਨੂੰ ਸਾਰੇ? ਸਰ ਬਹੁਤ ਵਧੀਆ, ਪੰਜਾਬ ਸਰਕਾਰ ਦੇ ਸ਼੍ਰੋਮਣੀ ਕਮੇਟੀ ਦੇ ਬਹੁਤ ਵਧੀਆ ਪ੍ਰਬੰਧ ਨੇ, ਭਾਵੇਂ ਕਿ ਬਾਰਿਸ਼ ਨਾਲ ਕਾਫੀ ਨੁਕਸਾਨ ਹੋ ਗਿਆ ਸੀ, ਖਰਾਬ ਹੋ ਗਿਆ ਸੀ ਕੰਮ, ਪਰ ਫਿਰ ਵੀ ਇਹ ਬਹੁਤ ਵਧੀਆ ਪ੍ਰਬੰਧ ਹੁਣ ਦੁਬਾਰਾ ਕਰ ਰਹੇ ਨੇ ਲੰਗਰਾਂ ਦੇ ਵਿੱਚ ਅਤੇ ਟੈਂਟ ਸਿਟੀਆਂ ਦੇ ਵਿੱਚ, ਜੋ ਵੀ ਖਰਾਬ ਹੋ ਗਿਆ ਸੀ ਕੰਮ ਠੀਕ ਕਰ ਰਹੇ ਨੇ ਜੀ, ਬਹੁਤ ਵਧੀਆ ਉਪਰਾਲਾ ਜੀ। ਚਲੋ ਬਹੁਤ ਧੰਨਵਾਦ। ਬੰਦੋਬਸਤ ਜਿਹੜੇ ਉਹ ਦਰੁਸਤ ਕੀਤੇ ਜਾ ਰਹੇ ਆ, ਸੰਗਤ ਆ ਜਿਹੜੀ ਉਹਨਾਂ ਦੇ ਚਿਹਰਿਆਂ ਤੋਂ ਤੁਹਾਨੂੰ ਪਤਾ ਲੱਗਦਾ ਪਿਆ ਹੋਊਗਾ ਕਿ ਕਿਸ ਤਰੀਕੇ ਨਾਲ ਸੰਤੁਸ਼ਟੀ ਉਹਨਾਂ ਨੂੰ ਮਿਲੀ ਹੈਗੀ ਆ। ਬੰਦੋਬਸਤ ਖਰਾਬ ਹੁੰਦੇ ਵੀ ਆ ਅਤੇ ਬੰਦੋਬਸਤ ਠੀਕ ਕੀਤੇ ਵੀ ਜਾਂਦੇ ਹੈਗੇ ਆ। ਪ੍ਰਸ਼ਾਸਨ ਚਾਹੇ ਤਾਂ ਕੀ ਨਹੀਂ ਕਰ ਸਕਦਾ, ਪ੍ਰਸ਼ਾਸਨ ਦੀ ਇੱਛਾ ਸ਼ਕਤੀ 'ਤੇ ਇਹ ਸਭ ਕੁਝ ਨਿਰਭਰ ਹੁੰਦਾ ਅਤੇ ਉਸ ਤਰੀਕੇ ਨਾਲ ਸਭ ਕੁਝ ਹੋ ਰਿਹਾ। ਸੰਗਤ ਜੇ ਸੰਤੁਸ਼ਟ ਨਜ਼ਰ ਆ ਰਹੀ ਹੈ ਤਾਂ ਮਤਲਬ ਕੁਝ ਕੰਮ ਹੈ ਜਿਹੜਾ ਹੋ ਰਿਹਾ ਅਤੇ ਉਹਨਾਂ ਨੂੰ ਰਹਿਣ ਸਹਿਣ ਦੇ ਲਈ ਇੱਥੇ ਚੰਗੇ ਬੰਦੋਬਸਤ ਦੇਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਜਾਰੀ ਹੈਗੀ ਆ। ਇਹ ਟੈਂਟ ਸਿਟੀ ਇੱਕ ਨੰਬਰ ਹੈ ਜਿੱਥੇ ਮੈਂ ਮੌਜੂਦ ਹੈਗਾ, ਇਹੋ ਜਿਹੀਆਂ ਤਿੰਨ ਟੈਂਟ ਸਿਟੀ ਇੱਥੇ ਸੁਲਤਾਨਪੁਰ ਲੋਧੀ ਧਰਤੀ 'ਤੇ ਹੈਗੀਆਂ, ਜਿੱਥੇ ਵੱਖ ਵੱਖ ਤਰ੍ਹਾਂ ਦੇ ਬੰਦੋਬਸਤ ਕੀਤੇ ਗਏ ਹੈਗੇ ਆ, ਹਰ ਤਰ੍ਹਾਂ ਦੇ ਸੁਰੱਖਿਆ ਬੰਦੋਬਸਤ ਵੀ ਕੀਤੇ ਗਏ ਹੈਗੇ ਆ। ਅਤੇ ਜੇ ਕਿਸੇ ਨੂੰ ਕੁਛ ਨਹੀਂ ਸਮਝ ਆ ਰਿਹਾ ਜਾਂ ਉਹਨੇ ਕਿਤੇ ਜਾਣਾ ਹੈਗਾ, ਉਹਨੂੰ ਪਤਾ ਨਹੀਂ ਲੱਗ ਰਿਹਾ, ਉਸ ਦੇ ਲਈ ਇੱਥੇ ਸਹਾਇਤਾ ਕੇਂਦਰ ਵੀ ਸਥਾਪਿਤ ਕੀਤੇ ਗਏ ਹੈਗੇ ਆ। ਤੁਸੀਂ ਇੱਥੇ ਆਓ, ਬਾਬੇ ਨਾਨਕ ਦਾ ਆਸ਼ੀਰਵਾਦ ਲੈ ਕੇ ਜਾਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਥੇ ਹਾਜ਼ਰੀਆਂ ਭਰੋ ਅਤੇ ਖੁਸ਼ੀਆਂ ਲੈ ਕੇ ਇੱਥੋਂ ਜਾਓ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਮੈਂ KP ਸਿੰਘ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ, ਜਸ ਪੰਜਾਬੀ ਦੇ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ।